ਸੋ ਹੈ ਗਾਇਸ ਕੀ ਹਾਲ ਚਾਲ ਸਭ ਤੋਂ ਸਾਰੇ ਵਧੀਆ ਹੋਣਗੇ ਪ੍ਰਾਣਾ ਟੂ ਰਣਜੀਤ ਬਾਵਾ ਗੁਰਪ੍ਰੀਤ ਗੁੱਗੀ ਅਦਿਤੀ ਸ਼ਰਮਾ ਅਜੇ ਹੁੱਡਾ ਜੀ ਨੇ ਡਾਇਰੈਕਟ ਕੀਤੀ ਹੈ ਨਹੀਂ 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 ਅਜੇ ਹੁੱਡਾ ਜੀ ਵੀ ਮਿਲਾਂ ਦੇ ਵਿੱਚ ਹੈਗੇ ਨੇ ਪ੍ਰੋਡਿਊਸਰ ਹੋਣਗੇ ਜਾਂ ਕੀ ਹੋਣਗੇ ਨਾ ਐਕਟਰ ਹੀ ਹੈ ਰਿਟਨ ਰਾਈਟਰ ਧੀਰਜ ਰਤਨ ਡਾਇਰੈਕਟਰ ਸ਼ਿਤਿਜ ਚੌਧਰੀ ਠੀਕ ਹੈ ਜੀ ਬਸ ਜੈਕਟ ਮਿਊਜ਼ਿਕ ਦੇਸੀ ਗੁਰੂ ਜੱਗੀ ਸਿੰਘ ਦੌਦ ਬੀਟਸ ਲਿਰਿਕਸ ਡੀ ਹਾਬ ਜੱਗੀ ਪ੍ਰਗਟ ਕੋਟ ਗੁਰੂ ਆ ਜਾਓ ਬਾਰੀ ਪਰਚੀ ਖਟਣ ਗਿਆ ਸੀ ਖਟਕੇ ਲਿਆਂਦੀ ਤੋਰੀ ਦੇਖੋ ਪਿੰਡ ਵਾਲੇ ਉਹ ਮੇਰਾ ਮੁੰਡਾ ਲਿਆਊਗਾ ਗੋਰੀ ਫੁੱਲਾ ਚੁੱਪਦਾ ਸੀ ਤੇਰੇ ਕਹਿੰਦੇ ਨੀ ਖੜ ਮੈਨੂੰ ਚੁੱਕ ਲੈਣ ਰਹੇ ਕੁੜੀ ਤਾਂ ਸੋਹਣੀ ਆ ਆ ਪਿੰਡ ਵਾਲੇ ਮੈਂ ਕਿਹਾ ਆਡੀਆਂ ਚੱਕ ਚੱਕ ਵੇਖਣਗੇ ਕਿ ਕਹਾਣੀ ਬਣ ਕੀ ਗਈ ਆ ਤੂੰ ਸਰਦਾਰ ਤਾਂ ਵਾਈਫਾਈ ਤੋਂ ਵੀ ਤੇਜ਼ ਨਿਕਲਿਆ ਅੱਛਾ ਐ ਕਰੀ ਮੇਰੀ ਨਾ ਵੇਟ ਨਾ ਕਰੀ ਇਹਨੂੰ ਗੋਰੇ ਥੋੜਾ ਜਿਹਾ ਫਾਸਟ ਚੱਲਦੇ ਹੋ ਸਕਦਾ ਅਗਲੇ ਚੁੰਨੀ ਚੜਾ ਕੇ ਮੈਨੂੰ ਘਰ ਜਿਵੇਂ ਹੀ ਬਣਾ ਲੈ ਇੱਕ ਤੂੰ ਤੇ ਦੂਜਾ ਬਿੱਲੋ ਮੈਂ ਗੱਲਾਂ ਬਸ ਦੋ ਮਿੱਠੀਏ Oh, no, 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 no. ਮੈਂ ਨਹੀਂ ਆ ਮਾਈ ਜੀ ਨਾਲ ਵਿਆਹ ਕਰਾਉਣਾ You may kiss the bride. Yes, sir. Puppy. ਸਾਡੇ ਕਲਿੱਪ ਵਾਇਰਲ ਹੋ ਗਿਆ ਨਾ ਕੋਈ ਤੇ ਜਾਣਾ ਵੀ ਟ੍ਰੈਂਡਿੰਗ ਚ ਗੱਲ ਤਾਂ ਠੀਕ ਹੈ ਨਹੀਂ ਵੈਸੇ ਮਾਈ ਜੀ ਤੇ ਤਾਂ ਮੇਰੇ ਮੂੰਹ ਚ ਆ ਜਾਣੀ ਆ ਅਰੇ ਭਾਈ ਦੋ ਇੱਕ ਮਹੀਨਾ ਬੁੜੀ ਟਪਕ ਲੇਗੀ ਸਭ ਕੁਛ ਤੇਰਾ ਹੈ ਸਿਰਫ ਤੇਰਾ ਟਾਈਟੈਨਿਕ ਉਹ ਕਦੇ ਡੱਕੇ ਵਾਲੀ ਕੁਲਫੀ ਨੂੰ ਤਰਸਦੇ ਸੀ ਜੱਟ ਤਾਂ ਇੱਥੋਂ ਦਾ ਮਾਲਕ ਆ ਗਾਵਾ ਜੂਸ ਦਾ ਸ਼ੈਤਾਨੀ ਜਿਹਾ ਬੱਚਾ ਹੁੰਦਾ ਨਾ ਉਹ ਵਾਲੀ ਚੀਜ਼ ਕੈਥਰੀਨ ਮਾਈ ਲਵ ਮਾਈ ਡਾਰਲਿੰਗ ਮੇਰੀ ਕੈਥਰੀਨ ਨੂੰ ਆਉਂਦੀ ਲਾਡੀ ਹੋ ਗਿਆ ਤੇ ਉਹਦਾ ਐਕਸ ਹਸਬੰਡ ਜਲੇਬ ਖਾਨ ਜਨਾਬ ਆ ਗਏ ਨੇ ਇਹ ਪ੍ਰੋਪਰਟੀਆਂ ਨਾ ਐਵੇਂ ਨਹੀਂ ਮਿਲਦੀਆਂ ਹੁੰਦੀਆਂ ਮੈਨੂੰ ਬੜੀ ਕਨਫਿਊਜ਼ਨ ਹੋ ਗਈ ਹੈ ਜ਼ੋਈ ਉਹ ਤੇਰੋਂ ਡੈਡ ਵਰਗਾ ਟ੍ਰੀਟ ਕਰ ਰਹੀ ਸੀ ਜਦ ਇਹ ਹੈ ਹੀ ਉਹਦਾ ਡੈਡ ਹੈ ਤੇ ਫਿਰ ਡੈਡ ਵਾਂਗੂ ਹੀ ਟ੍ਰੀਟ ਕਰਨਾ ਹੈ ਨਾ ਉਹਨੂੰ ਫੁੱਫੜ ਥੋੜਾ ਸਮਝੇਗੀ ਇਹਨੂੰ ਕਾਹਦਾ ਹੱਸ ਆ ਰਿਹਾ ਵੀ ਇਹਨਾਂ ਤੇ ਪਤਾ ਨਹੀਂ ਕਾਹਦਾ ਆ ਰਿਹਾ ਮੈਨੂੰ ਤਾਂ ਤੇਰੇ ਤੇ ਆ ਰਿਹਾ ਡੈਡ ਜੋਕਰ ਥਰੋ ਹਿਮ ਆਊਟ ਕੈਨਟ ਡੂ ਦੈਟ ਹੀਸ ਬੀਨ ਸੱਚ ਅ ਨਾਈਸ ਐਂਡ ਸਪੋਰਟਿਵ ਗਾਈ ਹੋਏਗਾ ਚੰਗਾ ਪਰ ਤੂੰ ਚੰਗੀ ਲੱਗੇਂਗੀ ਘਰ 'ਚ ਦੋ ਜਣਿਆਂ ਨੂੰ ਪਾਪਾ ਪਾਪਾ ਕਹਿੰਦੀ ਵੱਡੇ ਪਾਪਾ ਛੋਟੇ ਪਾਪਾ ਵੱਡੇ ਪਾਪਾ ਛੋਟੇ ਪਾਪਾ ਉਹਨਾਂ ਨੂੰ ਸਮਝ ਵੀ ਨਹੀਂ ਆ ਰਹੀ ਉਹਨੂੰ ਵਿਚਾਰਿਆਂ ਨੂੰ ਕੈਥਰੀ ਆ ਮੇਰੀ ਵੀ ਪੂਣੀ ਕਰਵਾ ਉਹ ਚੱਲ ਮੇਰਾ ਕੰਮ ਮੁਕਾ ਨਹੀਂ ਅਜੇ ਉਹ ਸ਼ਰੀਫ ਕਰਾ ਦੇ ਨਾ ਪੂਣੀ ਚੱਲ ਚੱਲ ਕੁੰਡੇ ਨਾਲ ਬੰਨ ਕੇ ਕਰ ਉਹ ਕਿੱਥੇ ਚੱਲੇ ਓਏ ਦਵਾਈ ਦਵਾਨ ਲੈ ਕੇ ਚੱਲਾਂ ਉਹਨੂੰ ਪਿੱਛੇ ਉਹ ਯਾਰ ਮੇਰੀ ਘਰ ਵਾਲੀ ਆ ਮੈਨੂੰ ਵੀ ਤੇ ਪਤਾ ਹੋਵੇ ਕਿਹੜੀਆਂ ਦਵਾਈਆਂ ਚੱਲਦੀਆਂ ਇਹਦੀਆਂ ਹਾਏ ਉਹ ਕਿੰਨੀਆਂ ਫਿਕਰਾਂ ਜਾਗ ਰਹੀਆਂ ਨੇ ਅੱਜ ਡਾਕਟਰ ਸਾਹਿਬ ਕੀ ਹਾਲ ਹੈ ਮੇਰੀ ਘਰ ਵਾਲੀ ਦਾ ਇਹ ਡਿਸਾਈਡ ਕਰੋ ਕਿ ਕਿੰਨੂੰ ਜਵਾਬ ਦੇਣਾ ਮੈਂ ਸੀਨੀਅਰ ਹਸਬੰਡ ਹਾਂ ਜੀ ਪਹਿਲਾਂ ਮੈਨੂੰ ਜਵਾਬ ਦਿਓ ਮੈਂ ਲੇਟੈਸਟ ਹਸਬੰਡ ਹਾਂ ਜੀ ਮੈਨੂੰ ਦੱਸੋ ਯਾਰ ਬੜੀ ਅਜੀਬ ਜੀ ਫਿਲਮ ਹੈ ਖੇਡਣ ਲੱਗੇ ਉਹਨੂੰ ਭਾਬੀ ਨਹੀਂ ਪੋਕਰ ਕਹਿੰਦੇ ਨੇ ਤੇ ਤੈਨੂੰ ਵੀ ਜਿਹੜੀ ਇਸ ਉਮਰ ਚ ਆ ਕੇ ਲੱਗੀ ਆ ਨਾ ਉਹਨੂੰ ਠੋਕਰ ਕਹਿੰਦੇ ਨੇ ਤੇ ਤੇਰਾ ਵੀ ਇਸ ਘਰ ਦੇ ਵਿੱਚ ਜੋ ਸਟੇਟਸ ਹੈ ਨਾ ਉਹਨੂੰ ਹਸਬੰਡ ਦੇ ਨਾਂ ਤੇ ਨੌਕਰ ਕਹਿੰਦੇ ਮੈਂ ਤਾਂ ਨਾ ਸਹਿਤਾ ਨਾਈਸ ਹੈ ਨਾਈਸ ਵਧੀਆ ਹੈ ਕੋਈ ਡਿਫਰੈਂਟ ਵੱਖਰੀ ਚੀਜ਼ ਹੈ ਪਰ ਜਸਟ ਕਮੇਡੀ ਹੈਗਾ ਜਸਟ ਕਮੇਡੀ ਮੈਨੂੰ ਨਹੀਂ ਲੱਗਦਾ ਇਹਦੇ 'ਚੋਂ ਕੁਛ ਆਪਾਂ ਨੂੰ ਵਧੀਆ ਮਿਲੇਗਾ ਬਸ ਇੱਕੋ ਚੀਜ਼ ਹੋ ਸਕਦੀ ਹੈ ਕਿ ਹੁਣ ਮੈਂ ਕਿਵੇਂ ਸਮਝਾਵਾਂ ਹਾਂ ਇਹ ਚੀਜ਼ ਜ਼ਰੂਰ ਹੋ ਸਕਦੀ ਹੈ ਕਿ ਹੁਣ ਕਿਵੇਂ ਯਾਰ ਸਮਝਾਵਾਂ ਤੁਹਾਨੂੰ ਕਿ ਹਾਂ ਕਿ ਪੈਸੇ ਪਿੱਛੇ ਨਹੀਂ ਭੱਜ ਸਕਦਾ ਭੱਜਣਾ ਚਾਹੀਦਾ ਠੀਕ ਹੈ ਲਾਈਕ ਇੱਦਾਂ ਦੀ ਆਸ ਪਾਸ ਵਧੀਆ ਲੋਕ ਹੁੰਦੇ ਨੇ ਜ਼ਿੰਦਗੀ 'ਚ ਉਹ ਸਭ ਕੁਛ ਕਿਸੇ ਦੀ ਮਰਨ ਦੀ ਮੁਰਾਦ ਨਹੀਂ ਮੰਗੀ ਦੀ ਆ ਇੱਦਾਂ ਕਰੇ ਕੁਛ ਹੈ ਨਾ ਇੱਦਾਂ ਦੇ ਕੁਝ ਮੋਰਲਸ ਦੇ ਸਕਦੀ ਹੈ ਫਿਲਮ ਬਾਕੀ ਦਾ ਜਸਟ ਐਂਟਰਟੇਨਮੈਂਟ ਸਤਿ ਸ਼੍ਰੀ ਅਕਾਲ